जिंदाबाद ना सुजेगा ना उदा कुंदा लगेगा। ग्रेट, बहुत शुक्रिया। आज ही टिप मैं मतलब असू दे वाले ना अपने मुशायदे नाल और लाहौर दे विच गर्मी दी जिहड़ी गर्मी दा जिहड़ा तनासब आ ओह भी ज्यादा हुंदा, इस करके कबूतर दी उत्थे परवाज घट हुंदी है। ठीक है, ते तुसी इस गल नूं किस तरह लैंदे हो जेड़ दी कबूतरबाजी दे विच कबूतर दी जिहड़ी परवाज आ ਉਹਨੂੰ ਮਤਲਬ ਬਰਕਰਾਰ ਰੱਖਣ ਲਈ ਤੁਸੀਂ ਗਰਮੀ ਨੂੰ ਕਿੱਦਾਂ ਦੇਖਦੇ ਹੋ? ਗਰਮੀ ਜ਼ਿਆਦਾ ਪਵੇ, ਗਰਮੀ ਘੱਟ ਪਵੇ, ਗਰਮੀ ਨੂੰ ਕਿਸ ਤਰ੍ਹਾਂ ਲੈਂਦੇ ਹੋ ਤੁਸੀਂ ਕਬੂਤਰਬਾਜ਼ੀ ਦੇ ਵਿੱਚ? ਗਰਮੀ ਕਬੂਤਰ ਨੂੰ ਕੁਛ ਨਹੀਂ ਕਰਦੀ। ਕਬੂਤਰ ਦਾ ਕੰਮ ਖਰਾਬ ਹੁੰਦਾ ਜਦੋਂ ਨਮੀ ਘੱਟਦੀ, ਨਮੀ ਦਾ ਤਨਾਸਬ ਘੱਟਦਾ ਉਦੋਂ ਕਬੂਤਰ ਫਾਰਗ ਹੋ ਜਾਂਦੇ। ਠੀਕ ਹੈ, ਸਜ਼ਾ ਕਬੂਤਰ ਨੂੰ ਸਾਫ਼ ਮਿਲੇ ਨਾ ਅਤੇ ਗਰਮੀ ਵੇਖੋ ਨਾ ਦੁਬਈ ਦੇ ਵਿੱਚ 50 ਟੈਂਪਰੇਚਰ 50 52 ਰਹਿੰਦਾ ਰੂਟੀਨ ਦੇ ਵਿੱਚ, ਕਬੂਤਰ ਉੱਥੇ 7-7 ਵੀ ਰਹਿੰਦੇ ਨੇ, ਉੱਥੇ ਨਮੀ ਜ਼ਿਆਦਾ, ਉਹ 50 ਟੈਂਪਰੇਚਰ ਅਤੇ 65-70 ਨਮੀ ਹਰ ਟਾਈਮ ਰਹਿੰਦੀ। ਠੀਕ ਹੈ, ਠੀਕ ਹੈ, ਉੱਥੇ ਇਹ ਨਹੀਂ ਹੈਗਾ ਕਿ ਤੂੰ ਆਖਰ ਦੁਨੀਆ ਕਬੂਤਰ ਨੇ ਤਾਂ 50-52 ਦੇ ਅੱਗੇ ਚੱਕ ਲਈਏ ਲੈਣ ਲੈਣ। ਗਰਮੀ ਭਾਵੇਂ 55 ਦੀ ਪੈ ਜਾਵੇ, ਨਮੀ ਵੀ ਉੱਨੀ ਹੋਵੇ, ਜਿੰਨੀ ਗਰਮੀ ਜਿੰਨਾ ਟੈਂਪਰੇਚਰ ਹੈ ਉੱਨੀ ਨਮੀ ਹੋਵੇ, ਕਬੂਤਰ ਸ਼ਾਮ ਤੱਕ ਉੱਡਦੇ ਨੇ, ਕਬੂਤਰ ਨੂੰ ਸਜ਼ਾ ਮਿਲਣੀ ਚਾਹੀਦੀ, ਗਰਮੀ ਕਬੂਤਰ ਦਾ ਕੁਛ ਨਹੀਂ ਕਰਦਾ। ਬਿਲਕੁਲ ਸਹੀ, ਬਿਲਕੁਲ। ਅਤੇ ਦੂਸਰੇ ਨੰਬਰ ਦੇ ਉੱਪਰ ਤੁਸੀਂ ਗੱਲ ਕਰ ਰਹੇ ਸੀ ਕਿ ਕਬੂਤਰਾਂ ਦੇ ਪੁਆਇੰਟਸ ਵੀ, ਚੀਜ਼ਾਂ ਵੀ, ਬਲੱਡ ਲਾਈਨ ਵੀ, ਇਹਦੇ ਬਾਰੇ ਕੀ ਕਹੋਗੇ? ਤੁਹਾਡਾ ਬੜਾ ਐਕਸਪੀਰੀਅੰਸ ਹੈ, ਤੁਸੀਂ ਇੱਕ ਤਰ੍ਹਾਂ ਦੇ ਕਬੂਤਰ ਰੱਖੇ ਨੇ ਆਪਣੇ ਕੋਲ। ਕਈ ਮੇਰੇ ਦੋਸਤ ਨੇ ਉਹ ਦੱਸਦੇ ਨੇ ਆਹ ਕੁੰਡਾ ਇੰਝ ਦਾ ਹੋਣਾ ਚਾਹੀਦਾ, ਹੱਡੀ ਇੰਝ ਦੀ ਹੋਣੀ ਚਾਹੀਦੀ, ਜੋੜ ਇੰਝ ਦਾ ਹੋਣਾ ਚਾਹੀਦਾ। ਇਹ ਕਬੂਤਰਬਾਜ਼ੀ ਉੱਡਣ ਦੇ ਵਿੱਚ ਫਜ਼ੂਲ ਗੱਲ ਹੈ। ਠੀਕ ਹੈ, ਇਹ ਮੈਂ ਤੁਹਾਨੂੰ 25 ਸਾਲ ਦਾ ਤਜਰਬਾ ਆਪਣਾ ਸ਼ੇਅਰ ਕਰਦਾ ਪਿਆ, ਉੱਡਣ ਦੇ ਵਿੱਚ ਫਜ਼ੂਲ ਗੱਲ। ਜਦੋਂ ਨਮੀ ਹੁੰਦੀ ਹੈ ਨਾ ਉਦੋਂ ਸਾਰੇ ਹੀ ਉੱਡਦੇ, ਇਹ ਹੁਣ ਨਮੀ ਨੇ ਇਹਨਾਂ ਦਿਨਾਂ ਦੇ ਵਿੱਚ ਫੱਗਣ ਖੇਤਰ ਦੇ ਵਿੱਚ ਵੀ ਨਮੀ ਹੁੰਦੀ ਹੈ, ਕਬੂਤਰ ਸ਼ਾਮ ਤੱਕ ਉੱਡ ਜਾਂਦੇ ਨੇ। ਠੀਕ ਹੈ, ਜਦੋਂ ਗਰਮੀ ਆਉਂਦੀ ਹੈ ਉੱਥੇ ਤੂੰ ਨਹੀਂ ਉੱਡਦਾ, ਕਾਰ ਕੁੰਡੇ ਨਹੀਂ ਉੱਡਦੇ। ਠੀਕ ਹੈ, ਜਦੋਂ ਨਮੀ ਘੱਟਦੀ ਨਾ ਫਿਰ ਵੇਖਿਆ ਜਾਂਦਾ ਕਿੰਨੇ ਪਰਸੈਂਟੇਜ ਕਬੂਤਰ ਦੇ ਵਿੱਚ ਬਲੱਡ ਦੀਗੀ, ਕਿੰਨੇ ਪਰਸੈਂਟ ਅੰਦਰ ਬਲੱਡ ਹੈ। 100% ਬਲੱਡ ਵਾਲਾ ਕਬੂਤਰ ਹੀ ਘਰ ਆਉਂਦਾ ਸ਼ਾਮ ਦੇ ਘਰੋਂ, ਜਿਹਦੇ ਜਿਹਨੂੰ ਕਰਾਸ ਵੱਜ ਵੱਜ ਕੇ ਬਣਿਆ ਹੁੰਦਾ ਨਾ ਉਹ ਪਹਿਲੇ ਝੱਟੇ 'ਚ ਫਰਕ ਹੋ ਜਾਂਦਾ। ਇਹ ਹੁਣ ਪਿਛਲਾ ਸਾਲ ਜਿਹੜਾ ਇਹੋ ਸਾਲ 2022 'ਚ ਗਰਮੀ ਪਈ ਹੈ, ਮੈਂ ਨਹੀਂ ਵੇਖਿਆ ਕਿਸੇ ਬੰਦੇ ਦਾ ਸਾਹ ਵੀ ਨਿਕਲਿਆ ਹੋਵੇ। ਗਰਮੀ ਜਿੰਨੇ ਦਿਨ ਪੈਂਦੀ ਰਹੀ ਕੋਈ ਬਾਹਰ ਹੀ ਨਹੀਂ ਨਿਕਲਿਆ, ਚੁੱਪ ਕਰ ਗਿਆ ਅੰਦਰ ਬੈਠੇ ਹਨ, ਹਰ ਬੰਦਾ ਦੁਆ ਮੰਗ ਰਿਹਾ ਬਾਰਿਸ਼ ਹੋ ਜਾਵੇ, ਕੁਛ ਹੋ ਜਾਵੇ, ਕੁਛ ਹੋ ਜਾਵੇ, ਹੈਂ ਉਹ ਕਿੱਥੇ ਗਿਆ ਫਰੇਮ ਅਤੇ ਬੰਦ ਦੁੰਮ ਅਤੇ ਬੰਦ ਜੋੜ, ਕਿਉਂ ਨਹੀਂ ਉੱਡੇ ਸਾਡੇ? ਅਲਹਮਦੁਲਿਲਾ ਕਬੂਤਰ ਸ਼ਾਮ ਤੱਕ ਉੱਡੇ ਨਾ, ਮੇਰੇ ਪਰਚੇ ਚੈੱਕ ਕਰ ਲਓ, ਕਬੂਤਰ 7 ਵਜੇ ਦੇ ਘਰੀ ਉੱਡੇ, ਕਿਉਂਕਿ ਸਾਡੇ ਕੋਲ ਪੂਰੇ ਖੂਨ ਦੇ ਕਬੂਤਰ ਨੇ। ਖੂਨ ਨੂੰ ਪਹਿਲੇ ਫੋਕਸ ਰੱਖੋ, ਉਸ ਤੋਂ ਬਾਅਦ ਕਬੂਤਰ ਬਣਾਓ, ਕਬੂਤਰ ਜਿੰਨੀ ਦਾ ਮਰਜ਼ੀ ਬੰਦਾ। ਸਾਹ ਜੀ, ਖੂਨ ਨੂੰ ਤੁਸੀਂ ਮਤਲਬ ਕਿਸ ਤਰ੍ਹਾਂ ਫੋਕਸ ਕਰਾਓਗੇ? ਆਮ ਬੰਦੇ ਨੂੰ ਖੂਨ ਦਾ ਨਹੀਂ ਪਤਾ, ਕਿੱਦਾਂ ਉਹਨੂੰ ਫੋਕਸ ਕਰਨਾ? ਬੰਦੇ ਨੂੰ ਆਮ ਬੰਦਾ ਨਾ ਕਾਲਾ ਨਾ ਪਵੇ ਕਿ ਅੱਜ ਪੈਦਾਇਸ਼ ਹੋਈ ਹੈ ਸਵੇਰੇ ਕਬੂਤਰਬਾਜ਼ ਬਣ ਕੇ ਪਰਸੋਂ ਉਸਤਾਦ ਹੋ ਜਾਵੇ, ਸਾਡੇ ਤਰ੍ਹਾਂ 20-25 ਸਾਲ ਲਾਵੇ ਇਹਨੂੰ ਆਪੇ ਅਕਲ ਆ ਜਾਏਗੀ ਖੂਨ ਕਈ ਪਛਾਣਨਾ, ਹਰ ਬੰਦਾ ਫਟਾਫਟ ਤੇ ਖੂਨ ਨਹੀਂ ਫੜ ਸਕਦਾ। ਇਹਦੇ ਪਿੱਛੇ ਵੀ ਇੱਕ ਬੜਾ ਲੰਮਾ ਪੀਰੀਅਡ ਹੈ ਮਿਹਨਤ ਸਾਡੀ। ਠੀਕ ਹੈ, ਮੈਂ ਤਾਂ ਕਬੂਤਰਬਾਜ਼ੀ ਖੂਨ 'ਤੇ ਕਰਨਾ ਵਾ ਔਰ ਖੂਨ 'ਤੇ ਕਰਨਾ ਔਰ ਖੂਨ ਨੂੰ ਸਾਬਤ ਕੀਤਾ ਹੈ ਗੇਟ ਦੇ ਵਿੱਚ ਕਬੂਤਰ ਉੱਡੋ ਨੇ। ਇਹ ਨਹੀਂ ਹੈਗਾ ਕਿ ਬਈ ਬੰਦ ਦੋਵੇਂ 'ਚ ਉੱਡੇਗੀ ਅਤੇ ਬੰਦ ਜੋੜ 'ਚ ਉੱਡੇਗਾ ਅਤੇ ਹੱਡੀ ਪੂਰੀ ਹੈ ਪੱਲਾ ਪੂਰਾ 'ਚ ਉੱਡੇਗਾ, ਨਹੀਂ। ਆ ਜਿਹੜੇ ਆ ਫੇਵਰੇਟ ਪਾਰ ਨੇ ਨਾ ਮਾਸਟਰ ਪਾਰ, ਜਿਹੜੇ ਵੱਡੀ ਬਗਲ ਵੱਡਾ ਕੁੰਡਾ ਹੈ ਉਹ ਅੱਲਾ ਹੀ ਮਿਹਰਬਾਨ ਨਾਲ 12 ਵਜੇ ਬੁੱਕ ਹੋਏ ਹੁੰਦੇ। ਬਿਲਕੁਲ ਸਹੀ, ਗੱਲ ਨਹੀਂ ਹੈਗੀ ਇਹਦੇ 'ਚ ਕਿ ਸਾਰਾ ਕੁਛ ਪੂਰਾ ਦੇ ਕਬੂਤਰ ਸ਼ਾਮ ਹੋਇਆ, ਕਬੂਤਰ ਆਪਣੇ ਖੂਨ 'ਤੇ ਉੱਡਦਾ। ਕੋਈ ਵੀ ਨਸਲ ਦਾ ਸਿਆਲਕੋਟੀ ਹੈ, ਡੱਬਲ ਹੈ, ਗੋਲਡਨ ਹੈ, ਜੌਂਸ ਹੈ, ਜਿਹੜਾ ਵੀ ਉਹ ਆਪਣੇ ਬਲੱਡ 'ਚ ਪੂਰਾ ਹੈ, ਉਹ ਪੂਰਾ ਹੀ ਉੱਡੇ। ਬਿਲਕੁਲ ਠੀਕ, ਕਬੂਤਰ ਉਹ ਥੱਲੇ ਨੂੰ ਆਉਂਦੇ ਨੇ ਜਿਨ੍ਹਾਂ ਨੂੰ ਕਰਾਸ, ਅਸੀਂ ਕਹਿੰਦੇ ਜੀ ਇਹ ਕਰਾਸ ਜੋੜਾ ਲੱਗਾ ਅਤੇ ਬਹੁਤ ਅੱਛਾ ਉੱਡ ਰਿਹਾ, ਅਸਲ ਕਿਉਂ ਨਹੀਂ ਉੱਡ ਰਿਹਾ? ਪਹਿਲਾਂ ਤਾਂ ਆਪਣੇ ਖੂਨ ਨੂੰ ਆਪਣੇ ਪਰਫੋਰਮ ਕਰੇ ਨਾ ਉਹਦੇ 'ਚ ਕਿੰਨੇ ਕਿੰਨੀ ਸਲਾਹੀਅਤ ਹੈ ਉੱਡਣ ਦੀ। ਕਰਾਸ ਲਓਗੇ ਤਾਂ ਕਰਾਸ ਦਾ ਕੋਈ ਵੀ ਅੱਛਾ ਕਬੂਤਰ ਤੁਸੀਂ ਲਾ ਦਿਓ ਤਾਂ ਗੱਲੇ ਉੱਡ ਜਾਂਦੇ ਨੇ। ਮੇਰੇ ਕੋਲ ਹੁਮਰ ਕਬੂਤਰ ਦਾ ਬੱਚਾ ਸ਼ਾਮ ਤੱਕ ਬਾਜ਼ੀਆਂ ਹੋ ਗਿਆ, ਉਮਰਾਂ ਕਦੀ ਬੱਚੇ ਬਹਿਣ, ਮੈਂ ਮਾਦੀ ਆਪਣੀ ਲਾਈ ਸ਼ਾਮ ਤੱਕ ਬਾਜ਼ੀਆਂ 'ਚ ਉੱਡ ਗਿਆ। ਕਰਾਸ ਦੀ ਗੱਲ ਜਿੰਨੇ ਕਰਾਸ 'ਚ ਡਾਉਣਾ ਉਹਨੇ ਕੀਤਾ, ਪਹਿਲੇ ਅਸਲ ਡਾਓ
ਜਿਹੜਾ ਤੁਹਾਨੂੰ ਲੱਗਦਾ ਅਸਲ ਕਬੂਤਰ ਹੈ ਉਹਨੂੰ ਦਿਓ, ਉਹ ਕੀ ਕਰ ਰਹੇ ਆ, ਉਸ ਤੋਂ ਬਾਅਦ ਉਹਨੂੰ ਕਰਾਸ ਦਿਓ, ਤੁਹਾਨੂੰ ਪਤਾ ਚੱਲ ਜਾਏਗਾ ਸਾਡੇ ਕੋਲ ਅੱਛੇ ਖੂਨ ਦਾ ਕਬੂਤਰ ਆ ਗਿਆ, ਇਹਨੇ ਅਸਲ ਨੇ ਪਰਫਾਰਮ ਕੀਤਾ। बिलकुल सही। अच्छा दूसरे नंबर दे उते चलो पारकुंदा तुहाडी गल ठीक है, लेकिन अगर कही ना कि बिलकुल भी इस चीज तो असी डिसएग्री कर दिए, बिलकुल भी इस गल नूं पिछे, हाँ आखिर किरदार ते है ना इन्हां चीजां दा, चंगा हो जिहड़ा उड़े चंगा, बुनियादी गल कर, बुनियादी गल करना पिया। देखो जो तुहाडे कोल अच्छे खून दा कबूतर है उहदा तुसीं पार्क हुंदा अच्छा करोगे ठीक है, ओह खूबसूरत कबूतर बन जाएगा, हो जाएगा कबूतर बन के पूरा किन्नी ने, तुसीं पार्क हुंदे चंगे कर लो, हड्डी चंगी कर लो, ते ब्लड उहदे च नहीं हैगा 2% भी किस काम दा। अच्छा इक मेरा छोटियां भरियां पियां ने बंद दुम्मां नाल, वड्डियां बगलां नाल, अच्छे परां नाल कबूतर भी देखे, शख्सियत भी देखी, टाइम भी 7-8 घंटे सानू हो गया गुजरे, कैसे कबूतर लगे, कैसे इंसान लगे, की तुहानू इन्हां च मुख्तलिफ नजर आया? बिलकुल भी कबूतर जेड़े भी रखे ने अपने ब्लड से पूरे ने, उन्होंने जौंकरे देखे ने भी खून से पूरे ने, लाल बुलिया कबूतर ने भी खून से पूरे ने, उन्होंने लाल अखा के कबूतर ने भी खून से पूरे ने, देखो ना कोई सारे उठते हैं, ये तो नहीं होने एक नस्ल चंगी बाकी सारे गमे, सारे कबूतर ही अच्छे ने अगर किसी अच्छे लभन दे। बिल्कुल इस तरह ही, बिल्कुल इस तरह ही। लो सर मैं जरा राणा साहब वाल जाना, फिर इस दौरान ही सेंटर जी तुहाडे नाल भी आवांगे। अस्सलाम वालेकुम भाई जान, की हाल चाल है, ठीक ठाक हो? सब तो पहले तो कि उहदा नाम है, बड़े एक अफसोस की गल है कि एक घर दे विच एक साने ही ऐसा हो गया जिदी वजह तो सारे दोस्त भाई असी अफसुरदा रहे, अल्लाह तला का हुक्म सी कि तुहाडी सिस्टर दा जिहड़ा बन गया सी, अल्लाह तला नूं प्यारे हो गए हो। तो दूसरे नंबर के उपर शौक दे विच एक लंबा अरसा हो गया तुहानूं लाइव तुसीं नहीं आए, दोस्त बड़ा मैसेज करते रहे, पुछते रहे, तो तीसरे नंबर के उपर मलक मुबशर खोखर साहब तुहाडे कोल अज आए ने, इन्होंने तुहाडे कोल शौक भी किया, गैट टूगैदर भी हुई, लाहौर की तो फैसलाबाद की कबूतरबाजी और वैदर के उत्ते भी डिस्कस हुई, कबूतरां ते भी बड़ी खुलम खुली डिस्कस हुई, की तुसीं नतीजा कढ़िया आखिर दोनों चैंपियन बंदे हो? अच्छा जी, और ਤੁਹਾਨੂੰ ਵੀ ਪਤਾ ਮੈਂ ਬੜੀ ਦੇਰ ਤੋਂ ਇਹ ਗੱਲ ਕਰ ਰਿਹਾ ਹਾਂ, ਮੈਨੂੰ ਬਹੁਤ ਪਸੰਦ ਹੈ ਇੰਜੀ ਹੈ, ਦੂਜਾ ਬੰਦਿਆਂ ਦੇ ਸੋਚ ਖਿਲਾਫ ਆ ਕੇ ਬੇਸ ਪਾਰਟੀ ਵਾਲੀ ਸੀ ਦੇ ਕਰ, ਲੇਕਿਨ ਜਿਹੜੀ ਮੈਂ ਚੀਜ਼ ਇਹਨਾਂ ਨੂੰ ਮਤਲਬ ਬਗੈਰ ਮਿਲੇ ਵੀ ਅਸੈਸ ਕੀਤੀ ਸੀ ਆਪਣੀ ਮਤਲਬ ਸਿੱਖ ਸੈਂਸ ਨੇ ਕਿ ਬੰਦਾ ਇਹ ਦਲੇਰ ਆ, ਔਰ ਕਬੂਤਰਬਾਜ਼ੀ ਦੇ ਵਿੱਚ ਦਲੇਰੀ ਨਾਲ ਬਾਜ਼ੀ ਲਾ ਲੈਣਾ ਦੇਖੋ ਹਾਰ ਜਿੱਤ ਕਾਊਂਟ ਨਹੀਂ ਕਰਦੀ, ਇੱਥੇ ਖਿਲਾੜੀ ਦਾ ਕੰਮ ਹੈ ਕਿਸੇ ਨੇ ਆਵਾਜ਼ ਦਿੱਤੀ ਲੱਗ ਗਈ ਪਿਆਰ ਮੁਹੱਬਤ ਦੇ ਨਾਲ ਉਹਦੇ ਨਾਲ ਬਾਜ਼ੀ ਲਾ, ਮੈਂ ਕੋਈ ਜੂਆ ਦਾ ਬੂਆ ਫੈਕਟਰ ਨਹੀਂ ਕਰ ਰਿਹਾ, ਉਹ ਤਾਂ ਕਿਸੇ ਵੇਲੇ ਬੰਗਾਰ ਫਸ ਹੋ ਜਾਏ ਤਾਂ ਗੱਲ ਹੁੰਦੀ, ਮੈਂ ਗੱਲ ਕਹਿੰਦਾ ਕਿ ਬਾਜ਼ੀ ਲੱਗ ਜਾਏ ਭਾਵਾਂ ਮਠਿਆਈ ਦੇ ਨਾਲ ਬੜੀ ਬਾਤ, ਔਰ ਮੁਬਸ਼ਰ ਭਾਈ ਜੀ ਮੈਂ ਮਤਲਬ ਇਹ ਗੱਲਾਂ ਕਹੂੰ ਲੈਸ ਕਿ ਲਾਹੌਰ ਦੀ ਜਿੰਨੀ ਕਬੂਤਰਬਾਜ਼ੀ ਹੋਈ ਇਹਨਾਂ ਦੇ ਕਬੂਤਰ ਮੈਂ 7 ਵਜੇ ਤੋਂ ਬਾਅਦ ਅਕਸਰ ਬੈਠ ਕੇ ਦੇਖੇ ਲਾਹੌਰ, ਬੜੀ ਗੱਲ, ਔਰ ਮੈਂ ਅੱਜ ਆਉਂਦੇ ਹੀ ਇਹਨਾਂ ਨੇ ਸਵਾਲ ਕੀਤਾ ਕਿ ਭਾਈ ਮੁਬਸ਼ਰ ਲਾਹੌਰ ਦਾ ਟੈਂਪਰੇਚਰ ਔਰ ਐਟਮੋਸਫੇਅਰ ਯਾਨੀ ਕਿ ਉੱਥੋਂ ਦੀ ਪੋਲਿਊਸ਼ਨ ਦਾ ਲੈਵਲ, ਜਿਹੜੀਆਂ ਅਸੀਂ ਗੱਲਾਂ ਸੁਣਦੇ ਹਾਂ ਕਿ ਇੱਥੇ ਕਬੂਤਰ ਮਤਲਬ ਪਲਟਾ ਕੇ ਹੀ ਹੋਊਗਾ, ਤੁਸੀਂ ਕਹਿੰਦੇ ਹੋ ਕਿ ਪਲਟਾਉਣਾ ਅੱਛੀ ਗੱਲ ਨਹੀਂ ਹੈ, ਮੁਬਸ਼ਰ ਭਾਈ ਲਾਹੌਰ ਦੇ ਉਸਤਾਦ ਆ, ਇਹ ਕਹਿੰਦੇ ਆ ਅਸੀਂ ਕਬੂਤਰ ਨੂੰ ਪਲਟਾਉਂਦੇ ਹਾਂ। ਅੱਛਾ ਇਹਦੇ ਵਿੱਚ ਮੈਂ ਇਹਨਾਂ ਨਾਲ ਗੱਲ ਕੀਤੀ ਮਤਲਬ ਆਪਣੇ ਨੌਲੇਜ ਵਾਸਤੇ, ਦੇਖੋ ਮੈਂ ਪਲਟਾਉਣ ਵਾਲੇ ਨੂੰ ਬੁਰਾ ਨਹੀਂ ਕਹਿ ਰਿਹਾ, ਮੈਂ ਤਾਂ ਜਾ ਕੇ ਛੱਡਣ ਵਾਲੇ ਨੂੰ ਬੁਰਾ ਨਹੀਂ ਕਹਿ ਰਿਹਾ, ਮੈਂ ਤਾਂ ਖੁਦ ਸਿੱਖਦਾ ਠੀਕ ਹੈ ਜੀ, ਮੇਰਾ ਇੱਕ ਸ਼ੌਕ ਆ,
ਸ਼ੌਕ ਜ਼ਿੰਦਗੀ ਦੇ ਵਿੱਚ ਘਟਦਾ ਰਹਿੰਦਾ ਵੱਧਦਾ ਰਹਿੰਦਾ ਵੱਧਦਾ ਰਹਿੰਦਾ ਲੇਕਿਨ ਇਹ ਹੈ ਇਹ ਵਾਇਰਲ ਡਿਜ਼ੀਜ਼ ਇਹਦਾ ਬਲੱਡ ਨਾਲ ਤਾਂ ਲੱਗਾ ਤੁਸੀਂ ਇਹਨੂੰ ਛੱਡ ਵੀ ਦਿਓ ਨਾ ਅੰਦਰ ਰਹੇਗਾ ਤੁਹਾਡੇ ਅੰਦਰ ਰਹਿ ਜਾਣਾ ਇਹ ਜਰਾਸੀਮ ਹੈ ਅੱਛਾ ਮੈਂ ਮੁਬਸ਼ਰ ਭਾਈ ਨਾਲ ਇਹ ਤੂੰ ਵੀ ਫਰੈਂਡ ਗੱਲ ਕਰ ਰਿਹਾ ਸੀ ਕਿ ਮਤਲਬ ਅਸੀਂ ਤੇ ਕਬੂਤਰ ਨਹੀਂ ਪਲਟਾਈਦਾ ਠੀਕ ਹੈ ਤੇ ਅਗਰ ਮੈਂ ਲਾਹੌਰ ਕਬੂਤਰ ਉਡਾਵਾਂ ਕਦੀ ਜ਼ਿੰਦਗੀ 'ਚ ਕੋਈ ਐਕਸਪੀਰੀਅੰਸ ਹੋਵੇ ਹਾਂਜੀ ਤੇ ਸਾਨੂੰ ਕੀ ਮੁਸ਼ਕਲਾਂ ਆ ਸਕਦੀਆਂ ਲਾਹੌਰ ਦੇ ਵਿੱਚ ਕਿਆ ਉਹ ਇਹ ਬੰਦ ਕਰਨਾ ਸੀ ਸਭ ਪਿੱਛੇ ਅੱਛਾ ਕਿਆ ਜਿਹੜਾ ਗੂਗਲ ਕਹਿ ਰਹੀ ਆ ਕਿ ਮੋਸਟ ਮਤਲਬ ਸ਼ਹਿਰਾਂ ਦੇ ਵਿੱਚ ਜਿਹੜਾ ਸਭ ਤੋਂ ਪੋਲੂਟਡ ਸ਼ਹਿਰ ਆ ਲਾਹੌਰ ਆ ਕਿਆ ਤੁਹਾਡੇ ਕਬੂਤਰਾਂ ਦੀਆਂ ਆਇਆਂ ਦੀਆਂ ਕਦੀ ਨਾਸਾਂ ਬੰਦ ਹੋਈਆਂ ਕੱਖ ਨਾ ਮਿੱਟੀ ਨਾ ਕਿਸੇ ਸ਼ਹਿਰ ਨਾ ਦੇਖੋ ਮੈਂ ਆਪਣੇ ਤਜਰਬੇ ਨਾਲ ਗੱਲ ਕਰਦਾ ਸਾਡੇ ਇੱਥੇ ਥਰੈਸ਼ਰ ਚੱਲਦੇ ਫੈਸਲਾਬਾਦ ਜਦੋਂ ਜੇਠ ਹੁੰਦਾ ਵਿਸਾਖ ਦਾ ਐਂਡ ਹੋ ਰਿਹਾ ਹੁੰਦਾ ਤੇ ਉਹ ਥਰੈਸ਼ਰ ਚੱਲ ਕੇ ਤੂੜੀ ਉੱਪਰ ਗਈ ਹੁੰਦੀ ਅਕਸਰ ਕਬੂਤਰ ਉੱਪਰੋਂ ਮਤਲਬ ਪੋਲੇ ਹੋ ਜਾਂਦੇ ਤੇ ਇਕਦਮ ਫੜੀਦਾ ਓਏ ਬੜੀ 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 ਇਹਨੂੰ ਵੀ ਹੋਇਆ ਤੇ ਦੇਖੀਦਾ ਨੱਕ ਵੀ ਬੰਦ ਤੇ ਮੂੰਹ ਵੀ ਬੰਦ ਤੇ ਘੱਟਾ ਫਸਿਆ ਕਈ ਕਬੂਤਰ ਜ਼ਾਇਆ ਵੀ ਹੋ ਗਏ ਇਸ ਹਵਾਲੇ ਨਾਲ ਗੱਲ ਕੀਤੀ ਦੂਜੀ ਗੱਲ ਇਹ ਮੈਂ ਕਿਹਾ ਜੀ ਅਗਰ ਅਸੀਂ ਉੱਥੇ ਪਲਟਾ ਕੇ ਨਾ ਛੱਡੇ ਜਾਂ ਤੇ ਲੋਕਾਂ ਨੇ ਕਹਿਣਾ ਇਹ ਬਾਹਰੋਂ ਛੱਡਦੇ ਆ ਤੇ ਜਾਂ ਸਾਨੂੰ ਲਾਹੌਰ ਪੂਰੇ ਨੇ ਡਾਂਗਾ ਮਾਰ ਕੇ ਕੱਢ ਲੈਣੇ ਤੇ ਡਾਣੀ ਨਹੀਂ ਆਉਂਦੇ ਸਹੀ ਠੀਕ ਹੈ ਜੀ ਨਹੀਂ ਬਹੁਤ ਸਾਰੇ ਸੀਨੀਅਰ ਬੜੇ ਬੜੇ ਕਾਰੀਗਰ ਬੰਦੇ ਕਬੂਤਰਬਾਜ਼ੀ ਦੀ ਹਿਸਟਰੀ ਦੇ ਵਿੱਚ ਲਾਹੌਰ ਜਾ ਕੇ ਉਹਨਾਂ ਨੇ ਛੱਤਾਂ ਬਣਾਈਆਂ ਕਬੂਤਰ ਉਡਾਏ ਨਹੀਂ ਗੱਲ ਬਣੀ ਆਪਣੇ ਸ਼ਹਿਰਾਂ ਦੇ ਵਿੱਚ ਉਹ ਬੇਮਿਸਾਲ ਸੀ ਸਰ ਜੀ ਮੈਂ ਤੇ ਇਹੀ ਗੱਲ ਕਰ ਰਿਹਾ ਆਪਣੇ ਤੇ ਲਾ ਕੇ ਕਿ ਅਗਰ ਕਬੀ ਜ਼ਿੰਦਗੀ ਦੇ ਵਿੱਚ ਕਿਉਂਕਿ ਲਾਹੌਰ ਇੱਕ ਐਸਾ ਮੇਰਾ ਪਸੰਦੀਦਾ ਸ਼ਹਿਰ ਸਹੀ ਲਾਹੌਰ ਤੇ ਕਰਾਚੀ ਲਾਹੌਰ ਦੇ ਬੰਦੇ ਔਰ ਲਾਹੌਰ ਕੋਈ ਸ਼ੱਕ ਬੜੇ ਖੁੱਲਾ ਜ਼ੇਨ ਬੜੇ ਮਤਲਬ ਅੱਛੇ ਅਖਲਾਕ ਵਾਲੇ ਔਰ ਖੁੱਲੇ ਦਿਲ ਵਾਲੇ ਮਹਿਮਾਨ ਨਵਾਜ਼ ਜ਼ਿੰਦਾ ਦਿਲਾਂ ਜ਼ਿੰਦਾ ਦਿਲਾਨੇ ਲਾਹੌਰ ਐਵੇਂ ਨਹੀਂ ਕਿਹਾ ਜਾਂਦਾ ਇਹਦੇ ਵਿੱਚ ਮਤਲਬ ਬੜੀ ਗੱਲ ਆ ਬਿਲਕੁਲ ਠੀਕ ਅੱਛਾ ਉਸਤਾਦ ਜੀ ਅੱਜ ਲਾਈਵ ਵੀ ਅਸੀਂ ਆਏ ਹਾਂ ਦੋਸਤ ਬੈਠੇ ਆ ਦੋਨਾਂ ਬੰਦਿਆਂ ਦੇ ਨੇ ਆਪਣਾ ਆਪਣਾ ਜਵਾਬ ਦੇਣਾ ਅੱਜ ਕੱਲ੍ਹ ਅੱਸੂ ਵਾਸਤੇ ਸਾਰੇ ਦੋਸਤਾਂ ਨੇ ਕਬੂਤਰ ਤਿਆਰ ਕੀਤੇ ਕੱਢਣ ਡਏ ਲੋਕ ਬਾ ਕਬੂਤਰ ਉੱਤੋਂ ਆ ਕੇ ਇੱਕ ਤਾਂ ਫੁੱਲ ਜਾਂਦਾ ਆ ਕੇ ਫੁੱਲ ਗਿਆ ਤਾਂ ਡਿੱਗ ਗਿਆ ਇੱਕ ਗੱਲ ਦੂਜਾ ਇਹ ਆ ਕਿ ਜਿਹੜਾ ਉੜ ਕੇ ਆ ਗਿਆ ਕੋਈ ਪੋਟਾ ਰੋਕ ਕੇ ਖਲੋ ਗਿਆ ਕੋਈ ਕਿਸੇ ਦਾ ਵਜ਼ਨ ਪੂਰਾ ਨਹੀਂ ਹੋਣ ਡਿਆ ਕੋਈ ਕੱਚਾ ਇਹ ਮਤਲਬ ਇਹਨਾਂ ਨੂੰ ਥੋੜ੍ਹੀ ਜਿਹੀ ਟਿਪ ਦੋਨਾਂ ਉਸਤਾਦਾਂ ਨੇ ਆਪਣੀ ਆਪਣੀ ਤਰਫੋਂ ਦੇਣੀ ਹੈ ਤਾਂ ਕਿ ਜਿਹੜੇ ਕਬੂਤਰਬਾਜ਼ੀ ਕਰਨ ਵਾਲੇ ਆ ਨਾ ਉਹਨਾਂ ਨੂੰ ਅੱਜ ਦੀ ਇਸ ਲਾਈਵ ਦੀ ਵਿਸਾਦਤ ਤੋਂ ਕੋਈ ਚੀਜ਼ ਐਸੀ ਮਿਲ ਸਕੇ ਜਿਹੜੀ ਉਹ ਕੱਟ ਕੇ ਆਪਣੀ ਆਈਡੀ ਕੋ ਸੇਵ ਕਰਕੇ ਰੱਖਣ ਕਿਉਂਕਿ ਫੈਸਲਾਬਾਦ ਦੇ ਵਿੱਚ ਕੁਛ ਉਸਤਾਦ ਕੋਈ ਐਸੇ ਵੀ ਨੇ ਜਿਹੜੇ ਤੁਹਾਡਾ ਸ਼ੌਕ ਵੀ ਕਰਦੇ ਨੇ ਔਰ ਉਹਨਾਂ ਤੁਹਾਨੂੰ ਔਨ ਏਅਰ ਵੀ ਇਹ ਗੱਲ ਕਹੀ ਕਿ ਅਸੀਂ ਤੁਹਾਡੀਆਂ ਵੀਡੀਓ ਦੇਖੀਆਂ ਅਤੇ ਸਾਡਾ ਕਾਫੀ ਦੇਰ ਅਰਸੇ ਦਾ ਪੁਰਾਣਾ ਇੱਕ ਨੁਕਸ ਸੀ ਜਿੱਥੇ ਸਾਡੇ ਕਬੂਤਰ ਉੱਡਦੇ ਹੀ ਨਹੀਂ ਸੀ ਉੱਡਦੇ ਜਦੋਂ ਵੀਡੀਓ ਤੁਹਾਡੀ ਦੇਖੀ ਆ ਤੇ ਅਸੀਂ ਆਪਣੀ ਉਹ ਗੱਲ ਫੜ ਲਈ ਹੈ ਤੇ ਅਸੀਂ ਜਨਾਬ ਉਸ ਤੋਂ ਬਾਅਦ ਇੰਨੇ ਟੂਰਨਾਮੈਂਟ ਵੀ ਵਿਨ ਕੀਤੇ ਆ ਤੇ ਇਹ ਸਦਕਾ ਜਾ ਰਿਹਾ ਸਮਝ ਕੇ ਤੁਸੀਂ ਕੋਈ ਗੱਲ ਅਗਰ ਦੱਸਣੀ ਚਾਹੋ ਦੋਸਤਾਂ ਨੂੰ ਕਿ ਕਬੂਤਰ ਨਵੇਂ ਕੱਢ ਰਹੇ ਜਿਹੜੇ ਫੁੱਲ ਜਾਂਦੇ ਆ ਉਹਨਾਂ ਦਾ ਕੀ ਕਰਨਾ ਚਾਹੀਦਾ ਦੇਖੋ ਜਿਹੜੀ ਮੈਂ ਗੱਲ ਕਰਨ ਲੱਗਾ ਜੀ ਕਈਆਂ ਬੰਦਿਆਂ ਨੇ ਇਹਨੂੰ ਆਪਣੇ ਜ਼ਿਹਨ ਦੇ ਮੁਤਾਬਕ ਇਹ ਲੈਣੀ ਇਹਦੇ ਬੱਚਿਆਂ ਨੂੰ ਵੀ ਪਤਾ ਠੀਕ ਕੀ ਗੱਲ ਬੱਚਿਆਂ ਨੂੰ ਵੀ ਪਤਾ ਜਿਹੜੇ ਬੱਚਿਆਂ ਨੂੰ ਵੀ ਪਤਾ ਕੋਈ ਨਵੀਂ ਗੱਲ ਕਰੋ ਲੇਕਿਨ ਮੈਂ ਨਿਊ ਕਮਰਸ ਦੇ 100% ਬੜਾ ਬੜਾ ਅੱਛਾ ਕਬੂਤਰ ਸੁਬਹਾ ਤੁਸੀਂ ਖੁੱਡੇ ਬੰਨ ਹੁੰਦੇ ਨਾ ਜਦੋਂ ਬੂਹਾ ਖੋਲਦੇ ਹੋ ਨਾ ਕਬੂਤਰ ਨੂੰ ਜਦੋਂ ਹੀ ਹਵਾ ਫਿਰ ਜਾਂਦੀ ਆ ਮੈਂ ਇਹ ਵੀ ਟਾਈਮ ਦੇਖਿਆ ਕਿ ਕਬੂਤਰ ਸੁੱਜ ਗਿਆ ਅੱਛਾ ਜਦੋਂ ਤੁਸੀਂ ਨਵਾਂ ਕਬੂਤਰ ਅੱਸੂ 'ਚ ਕੱਢਣਾ ਕੋਸ਼ਿਸ਼ ਕਰਕੇ ਅੱਛਾ ਅਰਕੇ ਗੁਲਾਬ ਲੈ ਠੀਕ ਹੈ ਅੱਛਾ ਅਰਕੇ ਗੁਲਾਬ ਯਾਨੀ ਕਿ ਤੁਸੀਂ ਇਹ ਦੇਖ ਲਓ ਕਿ 15 cc ਪਾਣੀ ਤੇ 4-5 cc ਅਰਕੇ ਗੁਲਾਬ ਠੀਕ ਹੈ ਕਨਾਲੀ 'ਚ ਲੈ ਲੈਣਾ ਤੁਸੀਂ ਜਿਸ ਤਰ੍ਹਾਂ ਵੀ ਸਾਂਭਦੇ ਹੋ ਜਿਹੜੀ ਪਹਿਲੀ ਨੋਕ ਲਵਾਉਣੀ ਨਾ ਕਬੂਤਰ ਨੂੰ ਅੱਸੂ 'ਚ ਉਸ ਪਾਣੀ ਦੀ ਲਵਾਓ ਯਾਨੀ ਕਿ 2-3 cc ਉਹ ਖਿੱਚ ਲਵੇ ਬਾਕੀ ਜਿਸ ਤਰ੍ਹਾਂ ਮਰਜ਼ੀ ਸੰਭਾਲੋ ਠੀਕ ਹੈ 100% ਨਾ ਕਬੂਤਰ ਉਰਨੋਂ ਮੁੜੇਗਾ ਜ਼ਿੰਦਾਬਾਦ ਨਾ ਸੁੱਜੇਗਾ ਨਾ ਉਹਦਾ ਕੁੰਡਾ ਲੱਗੇਗਾ ਗ੍ਰੇਟ ਬਹੁਤ ਸ਼ੁਕਰੀਆ ਬਹੁਤ ਹੀ ਟਿਪ ਮੈਂ ਮਤਲਬ ਅੱਸੂ ਦੇ ਹਵਾਲੇ ਨਾਲ ਆਪਣੇ ਮੁਸ਼ਾਹਦੇ ਨਾਲ ਆਪਣੇ ਐਕਸਪੀਰੀਅੰਸ ਦੇ ਨਾਲ ਆਪਣੇ ਪ੍ਰੈਕਟੀਕਲ ਦੇ ਨਾਲ ਇਹ ਗੱਲ ਕਰ ਰਿਹਾ ਕਿ ਮੇਰਾ ਜਿਹੜਾ ਜਿਸ ਬੰਦੇ ਕੋਲ ਮੈਂ ਸਿੱਖਿਆ ਉਹਦਾ ਨਾਮ ਸੀ ਨਵਾਜ਼ ਪਹਿਲਵਾਨ ਜੀ ਕਈ ਕਬੂਤਰ ਸੀ ਖੇਡਦੇ ਠੀਕ ਮਤਲਬ ਇਹ ਗੱਲ ਮੈਂ 8ਵੀਂ 'ਚ ਪੜ੍ਹਦਾ ਸੀ ਉਸ ਬੰਦੇ ਨੇ ਮੈਨੂੰ ਇਹ ਗੱਲ ਸਮਝਾਈ ਸੀ ਕਿ ਪੁੱਤਰ ਜਿਹੜਾ ਕਬੂਤਰ ਜ਼ਿਆਦਾ ਖੇਲੇ ਜਾਂ ਬਾਜ਼ੀ ਮਾਰੇ ਸਰੀ ਲਾਵੇ ਇਹਦੇ ਚਾਂਸ ਹੁੰਦੇ ਟੁੰਡ ਹੁੰਦੇ ਤੇ ਕੋਸ਼ਿਸ਼ ਇਹ ਕਰਨੀ ਆ ਕਿ ਇਹਨਾਂ ਕਬੂਤਰਾਂ ਨੂੰ ਜਿਹੜਾ ਪਹਿਲੀ ਨੋਕ ਲਵਾਉਣੀ ਨਾ ਅਰਕ ਗੁਲਾਬ ਦੀ ਦੇਣੀ ਯਾਨੀ ਕਿ ਤੁਸੀਂ ਇਹ ਦੇਖ ਲਓ ਕਿ ਉਦੋਂ ਮੈਂ
एक सीसी अर्क गुलाब लेना और पांच सीसी सादा पानी लेना और दे देना। मेरा कबूतर अज तक टुंड नहीं सी होया, सुजया नहीं सी। उन्हूं मैं अगों थोड़ा जहा अच्छा करते करते देखो दो कबूतर इंज कर लगो, जो सौ कबूतर करना है फिर कनाली रखनी पैंदी, कनाली रखनी पैंदी, समझ गए। इन्नी मेहनत कौन करता, इन्ना टाइम किसी को नहीं है। जिस महंगाई चल रही है, जिहड़ा दौर चल रहा वा घर के खर्चों तो उरे परे, बच्चे वड्डे हो रहे, बच्चों को पढ़ाना उहदे विच फिर थोड़ा जहा टाइम शॉर्ट हो जाता, उहदे विच कनाली च पा रहे हो ते अलहमदुलिल्लाह अलहमदुलिल्लाह ये सोजां सूजां मुक जाणगियां। कबूतर रोज़ परफॉर्म करके बैठे बहुत अच्छे इंशाल्लाह जी। उस्ताद जी तुसीं